ਪਾਰਟੀ ਦਾ ਖਾਲਸਾ ਪਰਿਵਾਰ ਬਣੇ ਕੇ ਪਤਾ। ਅੱਜ ਅਸੀਂ ਭਗਤ ਪੂਰਨ ਸਿੰਘ ਜੀ ਦੀ ਯਾਦਗਾਰੀ ਸਮਾਰੋਹ ਦੇ ਵਿੱਚ ਸ਼ਿਰਕਤ ਕਰ ਰਹੇ ਹਾਂ। ਜਦੋਂ ਨਾਂ ਆਉਂਦਾ ਹੈ ਭਗਤ ਪੂਰਨ ਸਿੰਘ ਜੀ ਦਾ, ਅਸੀਂ ਇਹ ਕਹਿ ਸਕਦੇ ਹਾਂ ਇੱਕ ਉਹਨਾਂ ਦੀ ਮਿਸਾਲ ਅਸੀਂ ਦੇ ਨਹੀਂ ਸਕਦੇ, ਔਰ ਜੋ ਮਨੁੱਖਤਾ ਵਾਸਤੇ ਉਹਨਾਂ ਨੇ ਕੀਤਾ ਅਸੀਂ ਕਰ ਨਹੀਂ ਸਕਦੇ। ਸਾਡੇ ਮੁਲਕ ਦੇ ਵਿੱਚ ਮਹਾਨ ਦੇਸ਼ ਹੈ ਭਾਰਤ, ਬਹੁਤ ਸਾਰੀਆਂ ਵਿਭੂਤੀਆਂ ਇਸ ਤਰ੍ਹਾਂ ਦੀਆਂ ਹੋਈਆਂ ਨੇ। ਆਮ ਤੌਰ 'ਤੇ ਲੋਕ ਵੱਡੇ ਮਹਾਂਪੁਰਖਾਂ ਨੂੰ ਸ਼ਰਧਾਂਜਲੀ ਦਿੰਦੇ ਨੇ ਲੇਕਿਨ ਅਸੀਂ ਇਹਨਾਂ ਮਹਾਂਪੁਰਖਾਂ ਨੂੰ ਸ਼ਰਧਾਂਜਲੀ ਦੇ ਹੀ ਨਹੀਂ ਸਕੇ। ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਇਹਨਾਂ ਨੇ ਜੋ ਕੀਤਾ ਉਸਨੂੰ ਯਾਦ ਕੀਤਾ ਜਾਂਦਾ ਹੈ, ਅਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਜੋ ਰਾਹ ਦਿਖਾਏ ਉਹਨਾਂ ਰਾਹਾਂ 'ਤੇ ਤੁਰਨਾ ਚਾਹੀਦਾ। ਰਾਹਾਂ 'ਤੇ ਤੁਰਨਾ ਔਖਾ ਬਹੁਤ ਹੁੰਦਾ ਹੈ, ਬੋਲਣਾ ਆਸਾਨ ਹੈ, ਅਸੀਂ ਬੋਲ ਜ਼ਰੂਰ ਲੈਂਦੇ ਹਾਂ, ਲੇਕਿਨ ਜੇਕਰ ਕਰਨਾ ਹੋਵੇ ਤਾਂ ਦੇਖੋ ਅਸੀਂ 10 ਮਿੰਟ ਜੇਕਰ ਰੇਲਵੇ ਸਟੇਸ਼ਨ 'ਤੇ ਖੜ੍ਹ ਕੇ ਕਿਸੇ ਦੀ ਸੇਵਾ ਕਰਨੀ ਹੋਵੇ ਬਹੁਤ ਔਖਾ ਕੰਮ। ਜਾਂ ਮੀਂਹ ਪੈ ਰਹੀ ਹੈ, ਧੁੱਪ ਹੈ, ਛਾਂ ਹੈ, ਭਗਤ ਪੂਰਨ ਸਿੰਘ ਜੀ ਉਹਨਾਂ ਨੇ ਕੁਛ ਦੇਖਿਆ ਨਹੀਂ, ਔਰ ਹਰ ਤਰੀਕੇ ਦੇ ਨਾਲ ਦੇਖੋ ਸਹੀ ਅਰਥਾਂ ਦੇ ਵਿੱਚ ਮਨੁੱਖਤਾ ਦੇ ਪੁਜਾਰੀ ਸੀ, ਮਨੁੱਖਤਾ ਨੇ ਮਨੁੱਖਤਾ ਦੀ ਅਰਦਾਸ ਕਰਦੇ ਸੀ। ਉਹਨਾਂ ਵਾਸਤੇ ਮਨੁੱਖਤਾ ਹੀ ਸਭ ਤੋਂ ਵੱਡੀ ਚੀਜ਼, ਸ਼ਾਂਤੀ, ਸਦਭਾਵਨਾ, ਪ੍ਰੇਮ ਉਹਨਾਂ ਦੇ ਅੰਦਰ ਪੁੱਟ ਪੁੱਟ ਕੇ ਭਰੀ ਹੋਈ ਸੀ। ਉਹ ਮਨੁੱਖਤਾ ਨੂੰ ਵੀ ਸ਼ਾਂਤੀ, ਸਦਭਾਵਨਾ ਅਤੇ ਪ੍ਰੇਮ ਦਾ ਸੰਦੇਸ਼ ਦਿੰਦੇ ਸੀ। ਬੀਬੀ ਡਾਕਟਰ ਇੰਦਰਜੀਤ ਕੌਰ ਦੀ ਅੱਜ ਤਾਂ ਦੇਖੋ ਬਹੁਤ ਸੋਹਣੀ ਕਿਤਾਬ ਵੀ ਆਈ ਹੈ, ਭਗਤ ਪੂਰਨ ਸਿੰਘ ਦੀ ਅਧਿਆਤਮਿਕ ਧੀ। ਮੇਰੇ ਤਾਂ ਦੇਖੋ ਮੇਰੇ ਦੀ ਅਧਿਆਤਮਿਕ ਭੈਣ ਨੇ ਸ਼ੁਰੂ ਤੋਂ ਜਦੋਂ ਤੋਂ ਮੈਂ IPS ਦੀ ਨੌਕਰੀ ਦਵਾਈ ਦਿੱਤੀ, ਅਤੇ ਇਹ ਜਿਹੜੀ ਕਿਤਾਬ ਹੈ ਤੁਸੀਂ ਪੜ੍ਹਨਾ ਜ਼ਰੂਰ। ਇਹਨਾਂ ਨੇ ਕਿਸ ਤਰੀਕੇ ਦੇ ਨਾਲ ਭਗਤ ਪੂਰਨ ਸਿੰਘ ਜੀ ਦੀ ਜੋ ਵਿਰਾਸਤ ਹੈ ਉਸ ਨੂੰ ਅੱਗੇ ਤੋਂ ਅੱਗੇ ਅੱਗੇ ਲੈ ਜਾ ਕੇ, ਔਰ ਸਾਰਿਆਂ ਨੂੰ ਇਹ ਸੂਤਰ ਦੇ ਵਿੱਚ ਪਿਰੋ ਦਿੱਤਾ। ਅਸੀਂ ਸਾਰੇ ਜੇਕਰ ਇੱਥੇ ਆਏ ਹਾਂ, ਇਕੱਠੇ ਆਏ ਹਾਂ, ਬੈਠੇ ਹੋਏ ਹਾਂ, ਬਹੁਤ ਸਾਰੇ ਆਪਣੇ ਭੈਣ ਭਰਾ ਇੱਥੇ ਹਾਜ਼ਰੀ ਭਰ ਕੇ ਚਲੇ ਵੀ ਗਏ ਨੇ, ਤਾਂ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠਾ ਰੱਖਣ ਦੇ ਵਿੱਚ ਭਗਤ ਪੂਰਨ ਸਿੰਘ ਜੀ ਦੀ ਇਸ ਅਧਿਆਤਮਿਕ ਧੀ ਡਾਕਟਰ ਇੰਦਰਜੀਤ ਕੌਰ ਜੀ ਦਾ ਬਹੁਤ ਵੱਡਾ ਯੋਗਦਾਨ, ਬਹੁਤ ਵੱਡਾ ਯੋਗਦਾਨ। ਜਿਸ ਤਰ੍ਹਾਂ ਅਸੀਂ ਬੋਲਦੇ ਹਾਂ ਈਸ਼ਵਰ ਏਕ ਹੈ, ਈਸ਼ਵਰ ਸਰਵ ਸ਼ਕਤੀਮਾਨ ਹੈ, ਈਸ਼ਵਰ ਸਰਵ ਵਿਆਪਿਤ, ਤੁਸੀਂ ਦੇਖੋਗੇ ਉਸੇ ਤਰੀਕੇ ਦੇ ਨਾਲ ਧਰਮ ਵੀ ਏਕ ਹੈ, ਧਰਮ ਵੀ ਸਰਵ ਸ਼ਕਤੀਮਾਨ ਹੈ, ਧਰਮ ਸਰਵ ਵਿਆਪੀ। ਇਹ ਰਸਤੇ ਵੱਖਰੇ ਵੱਖਰੇ ਹੋ ਸਕਦੇ ਨੇ, ਜਿਸ ਨੂੰ ਜੋ ਰਸਤਾ ਚੰਗਾ ਲੱਗੇ। ਤਾਂ ਹੀ ਕਿਹਾ ਜਾਂਦਾ ਹੈ ਕਿ ਹਰ ਵਿਅਕਤੀ, ਹਰ ਪ੍ਰਾਣੀ ਆਪਸ ਦੇ ਵਿੱਚ ਭੈਣ ਭਰਾ ਦਾ ਰਿਸ਼ਤਾ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਮਤ ਨੂੰ ਮੰਨਦੇ ਰਹੋ।
ਇਸ ਕਰਕੇ ਈਸ਼ਵਰ ਵੀ ਇੱਕ ਹੈ, ਧਰਮ ਵੀ ਇੱਕ ਹੈ। ਅਸੀਂ ਆਏ ਵੀ ਹਾਂ ਇੱਕੋ ਥਾਂ ਤੋਂ ਅਤੇ ਜਾਣਾ ਵੀ ਉਸੇ ਥਾਂ 'ਤੇ, ਸਾਰਿਆਂ ਨੂੰ ਉੱਥੇ ਜਾਣਾ ਹੈ। ਔਰ ਇਸ ਧਰਤੀ 'ਤੇ ਜਿਸ ਦਿਨ ਬੰਦਾ ਆ ਜਾਂਦਾ ਹੈ ਉਸੇ ਦਿਨ ਜਾਣ ਦਾ ਦਿਨ ਵੀ ਨਿਰਧਾਰਿਤ ਹੋ ਜਾਂਦਾ। ਲੇਕਿਨ ਅਸੀਂ ਮਾਇਆ ਮੋਹ ਦੇ ਬੰਧਨ ਦੇ ਵਿੱਚ ਆ ਕੇ ਇਹ ਵੀ ਕਰਨਾ ਹੈ, ਉਹ ਵੀ ਕਰਨਾ ਹੈ। ਬਹੁਤ ਸਾਰੇ ਲੋਕ ਚੰਗਿਆਈ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਦਿੰਦੇ ਨੇ ਅਤੇ ਬਹੁਤ ਸਾਰੇ ਲੋਕ ਕੁਛ ਸੁਣਦੇ ਨੇ ਮਾੜਾ ਕੰਮ ਕਰ, ਦੂਸਰੇ ਦੇ ਬਾਰੇ ਗਲਤ ਪ੍ਰਚਾਰ ਕਰਕੇ ਗਲਤ ਬੋਲੀ ਬੋਲਦੇ ਨੇ। ਮੈਂ ਇਹੀ ਕਹਾਂਗਾ ਇਸ ਮੌਕੇ ਦੇ ਉੱਤੇ, 32 ਸਾਲ ਹੋ ਗਏ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਵੀ ਰਾਜੇ ਭਗਤ ਪੂਰਨ ਸਿੰਘ ਜੀ, ਅਸੀਂ ਸਿੱਖਿਆ ਲੈਣੀ ਚਾਹੀਦੀ ਹੈ। ਔਰ ਜੋ ਤਿਆਗ ਦੀ ਮੂਰਤੀ ਸਨ, ਤਿਆਗ ਦੀ ਮੂਰਤ ਸਿੰਘ ਜੀ, ਉਹਨਾਂ ਨੂੰ ਆਪਣੇ ਵਾਸਤੇ ਕੁਛ ਨਹੀਂ ਚਾਹੀਦਾ ਸੀ। ਕਿਉਂ? ਕਿਸੇ ਨੇ ਵੀ ਕੁਛ ਵੀ ਲੈ ਕੇ ਉੱਪਰ ਨਹੀਂ ਜਾਣਾ। ਜੋ ਕਰਨਾ ਹੈ ਇੱਥੇ ਕਰਕੇ ਜਾਓ, ਜੋ ਦੇਣਾ ਹੈ ਇੱਥੇ ਦੇ ਕੇ ਜਾਓ, ਇਹ ਸਿਖਾਇਆ ਭਗਤ ਪੂਰਨ ਸਿੰਘ ਜੀ, ਬੋਲ ਕੇ ਨਹੀਂ ਸਿਖਾਇਆ ਉਹਨਾਂ ਨੇ, ਬੋਲ ਕੇ ਬਹੁਤ ਸਾਰੇ। ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਜੋ ਬੋਲਦੇ ਨੇ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ, ਲੇਕਿਨ ਭਗਤ ਪੂਰਨ ਸਿੰਘ ਜੀ ਨੇ ਕਰਕੇ ਸਿਖਾਇਆ, ਕਰਕੇ ਦਿਖਾਇਆ, ਅਤੇ ਜੋ ਉਹਨਾਂ ਨੇ ਕੀਤਾ ਉਸ ਤੋਂ ਅਸੀਂ ਸਬਕ ਲੈਣਾ ਚਾਹੀਦਾ ਹੈ, ਉਹਨਾਂ ਦੇ ਦਿਖਾਏ ਹੋਏ ਰਾਹ 'ਤੇ ਚੱਲਣਾ ਚਾਹੀਦਾ ਹੈ। ਥੋੜ੍ਹਾ ਥੋੜ੍ਹਾ ਵੀ ਜੇਕਰ 10 ਕਦਮ ਵੀ ਅਸੀਂ ਚੱਲ ਲੈਂਦੇ ਹਾਂ ਤਾਂ ਦੇਖੋ ਕਾਰਵਾ ਬਣ ਜਾਣਾ, ਤਾਂ ਅਸੀਂ ਕਾਰਵਾ ਬਣਾਉਣਾ ਹੈ। ਤਾਂ ਹੀ ਮੈਂ ਕਹਾਂਗਾ ਕਿ ਭਗਤ ਪੂਰਨ ਸਿੰਘ ਜੀ ਨੂੰ ਸਹੀ ਮਾਇਨੇ ਦੇ ਵਿੱਚ ਅਸੀਂ ਸ਼ਰਧਾਂਜਲੀ ਦਿੱਤੀ। ਮੈਂ ਇਸ ਸੰਸਥਾ ਦੇ ਬਾਰੇ, ਤੁਸੀਂ ਸਾਰੇ ਦੇਖੋ ਇੱਕ ਯੂਨਿਟ ਇੱਥੇ ਹੈ ਅਤੇ ਇੱਕ ਬਾਈਪਾਸ ਹੈ ਮੰਨਾਵਾਨਾ ਦੇ ਵਿੱਚ। ਹਰ ਤਰੀਕੇ ਦੇ ਨਾਲ ਜੋ ਲੋਕ ਆਪਣੇ ਬੱਚਿਆਂ ਨੂੰ ਛੱਡ ਜਾਂਦੇ ਨੇ, ਪੀਵੀ ਜੀ ਉਹਨਾਂ ਬੱਚਿਆਂ ਦੀ ਸੇਵਾ ਇਹ ਕਰਦੇ ਨੇ, ਅਤੇ ਇਹਨਾਂ ਦੀ ਜਿਹੜੀ ਟੀਮ ਹੈ, ਟੀਮ ਦੇ ਵੀ ਮੈਂ ਮਤਲਬ ਤਰੀਫ ਕਰਨੀ ਤਾਂ ਦੇਖੋ ਸੰਬੰਧ ਛੋਟੇ ਪੈ ਜਾਣਗੇ। ਇਹਨਾਂ ਦੀ ਟੀਮ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਲੋਕ ਨੇ, ਦੇਖੋ ਸਟੇਜ ਦਾ ਸੰਚਾਲਨ ਸਰਦਾਰ ਰਾਜਵੀਰ ਸਿੰਘ ਜੀ, ਡਾਕਟਰ ਰਾਜਵੀਰ ਸਿੰਘ ਜੀ, ਇਹ ਵੀ ਵਾਤਾਵਰਣ ਪ੍ਰੇਮੀ ਨੇ। ਸਰਦਾਰ ਮੁਖਤਿਆਰ ਸਿੰਘ ਜੀ, ਇੱਕ ਡਾਕਟਰ ਸਾਹਿਬ ਦੀਪਕ ਸਿੰਘ ਜੀ, ਅੱਜ ਹੀ ਉਹਨਾਂ ਦੀ ਫਲਾਈਟ ਸੀਗੀ, ਜਾਣਾ ਪੈ ਗਿਆ ਉਹਨਾਂ ਨੂੰ, ਅਤੇ ਇਹ ਸਾਰੀ ਜਿਹੜੀ ਟੀਮ ਹੈ। ਔਰ ਡਿਪਟੀ ਜੀ ਦੇਖੋ ਬਿਮਾਰ ਨੇ ਕਿਸ ਤਰੀਕੇ ਦੇ ਨਾਲ, ਲੇਕਿਨ ਇਹ ਵੀ ਆਏ ਨੇ। ਮੈਂ ਇਹੀ ਕਹਾਂਗਾ ਕਿ ਟੀਮ ਵੀ ਇਹਨਾਂ ਨੇ ਇਸ ਤਰੀਕੇ ਦੀ ਬਣਾਈ ਹੈ, ਮੈਂ ਵੀ ਉਸੇ ਟੀਮ ਦਾ ਇੱਕ ਹਿੱਸਾ, ਉਸੇ ਟੀਮ ਦਾ ਹਿੱਸਾ। ਮੇਰਾ ਬਾਕੀ ਸਾਰਾ ਚੀਜ਼ ਵੱਖਰਾ, ਟਿੰਗਲ ਵਾਲਾ ਮੇਰਾ ਪਰਿਵਾਰ ਹੈ, ਉਸ ਪਰਿਵਾਰ ਦਾ ਇੱਕ ਮੈਂ ਹਿੱਸਾ। ਅਤੇ ਤਾਂ ਹੀ ਬੀਬੀ ਜੀ ਨੇ ਮੇਰੀ ਜ਼ਿੰਮੇਵਾਰੀ ਲਗਾਈ, ਸਰਦਾਰ ਰਾਜਵੀਰ ਸਿੰਘ ਜੀ ਨੇ, ਡਾਕਟਰ ਸਾਹਿਬ ਨੇ ਮੈਨੂੰ ਕਿਹਾ ਕਿ ਧੰਨਵਾਦ ਕਰਨਾ ਹੈ ਆਈ ਹੋਈ ਸੰਗਤ। ਧੰਨਵਾਦ ਤਾਂ ਮੈਂ ਕਰ ਹੀ ਨਹੀਂ ਸਕਦਾ ਹਾਂ, ਤੁਸੀਂ ਇੱਕ ਇੱਕ ਕਦਮ ਤੋਂ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ। ਮੈਂ ਇਹੀ ਕਹਾਂਗਾ ਕਿ ਭਗਤ ਪੂਰਨ ਸਿੰਘ ਜੀ ਦੇ ਬਾਰੇ ਆਪਣੇ ਬੱਚਿਆਂ ਨੂੰ, ਇੱਕ ਇੱਕ ਬੱਚੇ, ਦੋ ਦੋ ਬੱਚੇ, ਚਾਰ ਚਾਰ ਬੱਚੇ, ਆਪਣਾ ਹੋਵੇ, ਗੁਆਂਢੀ ਦਾ ਹੋਵੇ, ਸਕੂਲ ਦੇ ਵਿੱਚ ਤੁਸੀਂ ਹੋ, ਸਾਰੇ ਬੱਚਿਆਂ ਨੂੰ ਇਹਨਾਂ ਦੀ ਜੀਵਨੀ ਦੇ ਬਾਰੇ, ਇਹਨਾਂ ਨੇ ਜੋ ਕੀਤਾ ਉਹਦੇ ਬਾਰੇ ਜੇਕਰ ਦੱਸੋਗੇ, ਫਿਰ ਮੈਂ ਕਹਾਂਗਾ ਕਿ ਸਹੀ ਮਾਇਨੇ ਦੇ ਵਿੱਚ ਅਸੀਂ ਭਗਤ ਪੂਰਨ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਵਿਸ਼ੇਸ਼ ਰੂਪ ਦੇ ਨਾਲ, ਜਿਹਨਾਂ ਦੋ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਹਨਾਂ ਲੇਖਕਾਂ ਦੀਆਂ ਕਿਤਾਬਾਂ ਦਾ ਵਿਮੋਚਨ ਕੀਤਾ ਗਿਆ, ਮੈਂ ਤੁਹਾਡਾ ਵੀ ਧੰਨਵਾਦ ਕਰਾਂਗਾ। ਮਲੇਰਕੋਟਲਾ ਤੋਂ ਵੀ ਸਾਡੇ ਭਰਾ ਆਏ ਹਨ, ਮੈਂ ਇਹਨਾਂ ਦਾ ਵੀ ਧੰਨਵਾਦ ਕਰਾਂਗਾ। ਔਰ ਇਹਨਾਂ ਨੇ ਦੇਖੋ ਸਿੱਖ ਮੁਸਲਿਮ ਸਾਂਝਾ
ਇੱਕ ਇਹਨਾਂ ਨੇ ਸੰਸਥਾ ਬਣਾਈ ਹੋਈ ਹੈ ਔਰ ਇਹ ਤਾਂ ਮੈਂ ਪਹਿਲਾਂ ਹੀ ਕਹਿ ਗਿਆ ਜੀ ਦੇਖੋ ਪਰਮਾਤਮਾ ਵੀ ਇਹ ਧਰਮ ਵੀ ਇਹ ਅਸੀਂ ਤਾਂ ਦੇਖੋ ਇੱਕ ਪੜਾਅ ਉੱਤੇ ਹਾਂ ਜੀ ਜਿਸ ਤਰ੍ਹਾਂ ਇੱਕ ਬੱਸ ਅੱਡਾ ਹੁੰਦਾ ਹੈ ਨਾ ਸਾਹਮਣੇ ਬੱਸ ਅੱਡਾ ਹੈ ਅਸੀਂ ਇੱਕ ਖੁੜਾਅ ਉੱਤੇ ਬੱਸ ਅੱਡੇ 'ਤੇ ਹਾਂ ਜੀ ਇਹ ਮੰਨ ਲਓ ਕੋਈ 10 ਸਾਲ 20 ਸਾਲ 40 ਸਾਲ 50 60 70 ਅਸੀਂ 100 ਸਾਲ ਜੀ ਕੇ ਜਾਣਾ ਹੀ ਜਾਣਾ ਇਸ ਸਰਗਮ ਪਿਆਰ ਪ੍ਰੇਮ ਸਦਭਾਵਨਾ ਮਨੁੱਖਤਾ ਇਸੇ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।